शहर दिल्ली, साल 2020, तारीख 23 फरवरी तो 26 फरवरी। चार दिन तक चले दंगिया की अग दे विच 53 लोगों की जान चली गई सी। कई लोगों के घर उजड़ गए। दिल्ली पुलिस के मुताबक जो दंगिया दे विच मारे गए उन्होंने 40 मुसलमान अते 13 हिंदू सी। साल 2024, चार साल पहला पढ़ के इन्हां दंगिया की अग दे विच चुलसे सैकड़े लोगों की न्याय की लड़ाई कित्थे तक पहुंची है। असी उत्तर पूर्वी दिल्ली के करदमपुरी दे विच गए। ਇਹ ਫੈਜ਼ਾਨ ਦਾ ਘਰ ਹੈ। ਯਹੀਂ ਕਿ ਪੈਦਾ ਹੁਆ, ਯਹੀਂ ਖਤਮ ਹੋ ਗਿਆ। ਡੰਗ ਤੇ ਜਵਾਨ ਵੀ ਨਹੀਂ ਹੋਣੇ ਪਾਇਆ ਤਾ। ਆਹ 4 ਸਾਲ ਹੋ ਗਏ, ਕੁਝ ਵੀ ਨਹੀਂ ਹੋਇਆ। ਯਹੀਂ ਸਦਮੇ ਤੇ ਮੇਰੀ ਤਬੀਅਤ ਖਰਾਬ ਹੋਈ ਹੈ। ਇਹ ਪੜਾਈ ਹੈ, ਇਹ ਬਿਲਕੁਲ ਬੇਹੋਸ਼ ਹੋ ਕੇ ਮਾਰ ਕੇ ਡਾਲ ਰੱਖਾ ਦਿੱਤਾ। ਇਹਨਾਂ ਦੰਗਿਆਂ ਦੇ ਦੌਰਾਨ ਜਿਨ੍ਹਾਂ ਮਾਮਲਿਆਂ ਦੀ ਵਜ੍ਹਾ ਦੇ ਨਾਲ ਦਿੱਲੀ ਪੁਲਿਸ ਦੀ ਭੂਮਿਕਾ 'ਤੇ ਸਭ ਤੋਂ ਜ਼ਿਆਦਾ ਸਵਾਲ ਉੱਠੇ, ਉਹਨਾਂ ਦੇ ਵਿੱਚੋਂ ਇੱਕ ਹੈ ਇਹ ਵਾਇਰਲ ਵੀਡੀਓ ਕੇਸ। ਇਹਨਾਂ 5 ਮੁੰਡਿਆਂ ਦੇ ਵਿੱਚ ਇੱਕ 23 ਸਾਲ ਦਾ ਮੁੰਡਾ ਫੈਜ਼ਾਨ ਵੀ ਸੀ, ਜਿਸ ਦੀ 26 ਫਰਵਰੀ ਨੂੰ ਮੌਤ ਹੋ ਗਈ। ਫੈਜ਼ਾਨ ਦੀ ਮਾਂ ਕਿਸਮਤੂਨ ਸਾਨੂੰ ਕਰਦਮਪੁਰੀ ਦੇ ਉਸ ਪੁਲ ਦੇ ਉੱਤੇ ਲੈ ਗਏ ਜਿੱਥੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਪੁੱਤਰ ਅਤੇ 4 ਹੋਰ ਲੋਕਾਂ ਨੂੰ ਕੁੱਟਿਆ ਸੀ, ਜਿਸ ਦਾ ਵੀਡੀਓ ਅੱਜ ਵੀ ਇੰਟਰਨੈਟ 'ਤੇ ਮੌਜੂਦ ਹੈ। ਔਰ ਮੀਆਂ ਕੀ ਜੰਗੂ ਹੈ, ਯਹੀ ਪੇ ਜੋ ਬੱਚੇ ਪੜੇ ਹੈ ਨਾ, ਦੇਖੋ ਦੇ। ਹਾਂ, ਜੋ ਪਹਿਲੇ ਛੋਟਾ ਪੇੜ ਬਿਲਕੁਲ ਤਾ, ਮੀਆਂ ਮੀਆਂ ਕਾ ਹੈ, ਛੋਟਾ ਬੜਾ। ਹਾਂ, ਥੋੜਾ ਪੌਦਾ ਛੋਟਾ ਹੀ ਤਾ ਬਿਲਕੁਲ। ਕਿਸਮਤੂਨ ਕਹਿੰਦੇ ਨੇ ਕਿ ਇਹਨਾਂ ਗਲੀਆਂ ਦੇ ਵਿੱਚ ਉਹਨਾਂ ਦੇ ਪੁੱਤਰ ਦਾ ਬਚਪਨ ਬੀਤਿਆ ਅਤੇ ਇੱਥੋਂ ਹੀ ਉਸਦਾ ਜਨਾਜ਼ਾ ਵੀ ਨਿਕਲਿਆ। ਇਹਨਾਂ 4 ਸਾਲਾਂ ਨੇ ਇਸ ਮਾਂ ਦੇ ਲਈ ਸਭ ਕੁਝ ਬਦਲ ਦਿੱਤਾ। ਜੋ ਨਹੀਂ ਬਦਲਿਆ ਉਹ ਹੈ ਇਨਸਾਫ਼ ਦੀ ਲੜਾਈ। ਪੁੱਤਰ ਨੂੰ ਇਨਸਾਫ਼ ਨਾ ਮਿਲਦਾ ਦੇਖ ਕਿਸਮਤੂਨ ਨੇ ਦਸੰਬਰ 2020 ਦੇ ਵਿੱਚ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਪੁਲਿਸ ਵਾਲਾ ਇੱਕ ਆਇਆ ਕਿ ਬਿਆਨ ਬਦਲ ਦੇਣਾ, ਬਿਆਨ ਬਦਲ ਦਿਓ ਕਿ ਹਮ ਉੱਚੀ ਦਿੱਲੀ ਗਏ ਤਾਂ ਇਸ ਕਰ ਤਾਂ ਬੇਕਾਰ ਹੋਤੇ ਜਾ ਰਹੇ ਜ਼ਿੰਦਗੀ ਭਈਆ। ਇੱਕ ਤਾਂ ਬੱਚੇ ਕਾ ਗਮ, ਉਸਦੇ ਘਰ ਟੈਨਸ਼ਨ ਰਹਿਤੀ ਹਰ ਵਕਤ। ਫੈਜ਼ਾਨ ਦੇ ਘਰ ਤੋਂ ਥੋੜ੍ਹੀ ਹੀ ਦੂਰ ਕੌਸਰ ਅਲੀ ਦਾ ਘਰ ਹੈ। ਇਸ ਵੀਡੀਓ ਦੇ ਵਿੱਚ ਕੁੱਟ ਖਾਂਦੇ ਲੋਕਾਂ ਦੇ ਵਿੱਚ ਇੱਕ ਸੀ ਕੌਸਰ ਅਲੀ। ਉਸ ਦਿਨ ਦੀ ਯਾਦ ਅੱਜ ਵੀ ਉਹਨਾਂ ਦੇ ਸਰੀਰ ਦੇ ਵਿੱਚ ਕੰਪਨ ਮਹਿਸੂਸ ਕਰ ਦਿੰਦੀ ਹੈ। ਉਸ ਦਿਨ ਜੋ ਹਾਦਸਾ ਹੋਇਆ ਥਾ ਉਸਕੇ ਬਾਅਦ ਮੈਂ ਆਜ ਵੀ ਮੁਝੇ ਪੁਲਿਸ ਸੇ ਡਰ ਲਗਤਾ ਹੈ ਔਰ ਐਸਾ ਲਗਤਾ ਕਿ ਫਿਰ ਨਾ ਉਠਾ ਲੈ ਜਾਵਾਂਗੇ। ਮੈਂ ਤਾਂ ਕੁਛ ਕਰ ਨਹੀਂ ਸਕਦਾ ਨਾ, ਮੇਰੇ ਪਾਸ ਤਾਂ ਬਜਟ ਨਹੀਂ ਹੈ ਅਤੇ ਨਾ ਮੇਰੇ ਤੋਂ ਚਾਹਤਾ ਹੂੰ ਕਿ ਨਾ ਸਜ਼ਾ ਹੋਣੀ ਚਾਹੀਏ। ਇਹਨਾਂ ਦੇ ਵਕੀਲ ਵਰਿੰਦਾ ਗਰੋਵਰ ਦੱਸਦੇ ਨੇ ਕਿ 4 ਸਾਲ ਬਾਅਦ ਵੀ ਇਸ ਕੇਸ ਦੇ ਵਿੱਚ ਗ੍ਰਿਫਤਾਰੀ ਤਾਂ ਦੂਰ, ਪੁਲਿਸ ਵਾਲਿਆਂ ਦੀ ਪਛਾਣ ਤੱਕ ਨਹੀਂ ਹੋਈ। ਇਸ ਮੁਕਦਮੇ ਮੇ ਹਰ ਚੀਜ਼ ਇਤਨੀ ਜ਼ਿਆਦਾ ਢੀਲੀ ਚੱਲ ਰਹੀ ਹੈ, ਕੋਈ ਨਾ ਕੋਈ ਨਏ ਟੈਸਟ ਕਿ ਕਹਾਣੀ ਹਰ ਤਾਰੀਖ ਪਰ ਕੋਰਟ ਕੇ ਸਾਹਮਣੇ ਪੇਸ਼ ਕਰ ਦੀ ਜਾਤੀ ਹੈ। ਮੁਸ਼ਕਿਲ ਇਹ ਹੈ ਕਿ ਯਹਾਂ ਪਰ ਇੱਕ ਬਹੁਤ ਆਮ ਸਾਧਾਰਨ ਗਰੀਬ ਵਰਗ ਕੇ ਮੁਸਲਮਾਨ ਲੜਕੇ ਕੀ ਹੱਤਿਆ ਹੈ ਔਰ ਪੁਲਿਸ ਕੋ ਹੀ ਉਸਕੀ ਇਨਵੈਸਟੀਗੇਸ਼ਨ ਕਰਨੀ ਹੈ। ਕੌਣ ਡਿਊਟੀ ਪੇ ਥਾ, ਕਿਸਨੇ ਯਹ ਆਦੇਸ਼ ਦੀਆ, ਕਿਸਨੇ ਉਨਕੋ ਰੱਖਾ,
ये तो कोई छुपा हुआ राज नहीं है, SIT इस केस में बहुत ज़्यादा ज़रूरी है। वो कह रहे हैं हम उनको ढूंढ रहे हैं, 4 साल से ढूंढ रहे हैं। ये दिल्ली पुलिस और क्राइम ब्रांच की काबिलियत पर एक सवाल उठाती है। अभी हम दिल्ली के करदमपुरी इलाके में हैं। जो आपने वायरल वीडियो देखा वो इसी जगह की है। दिल्ली पुलिस ने इस बात से इनकार नहीं किया है कि वीडियो में फैजान और कौसर को पीटते नजर आने वाले लोग दिल्ली पुलिस ही थी, बल्कि हाई कोर्ट की सुनवाई के दौरान दिल्ली पुलिस ने यह कहा है कि वह पुलिस वालों को पहचानने की कोशिश कर रही है। हालांकि कोर्ट विच दाखिल दस्तावेजा विच पुलिस ने अपने ऊपर लगे सारे इल्जामों तो इनकार किया है ते कहा है कि इस केस की जांच निरपक्ष तरीके दे नाल हो रही है। उत्थे ही उत्तर पूर्वी दिल्ली के खुरेजी दे विच प्रदर्शन स्थान दे कोल पुलिस दी वर्दी पाए हुए कुछ लोग CCTV कैमरा तोड़ते नज़र आ रहे ने। यह वीडियो भी काफ़ी वायरल होया सी। इस वीडियो नू दंगे दे मामले दे विच दिल्ली पुलिस दे रवैये दे सबूत दे तौर पर देखा गया सी। इस मामले दे विच कोई कार्रवाई हुई है? नहीं, दिल्ली पुलिस के अगेंस्ट तो उन केसेस में एक्शन नहीं हुआ जिसमें वो बाय नेम्ड अक्यूज्ड हैं। इस तरह की जो एक कार्रवाई किसी भी PIL वगैरह में होनी चाहिए थी वो अभी तक नहीं हुई है, क्योंकि किसी ने ये कोशिश ही नहीं की। लेकिन हमारे ऑफिस से बहुत सारे ऐसे केसेस पेंडिंग है, समय ज़रूर लगता है लेकिन उसमें रिजल्ट आने की हमें पूरी उम्मीद है, क्योंकि हमारे पास पुख्ता सबूत बहुत है। असी दिल्ली पुलिस दे इस मामले दे बारे जानकारी लेनी चाहिए, पर हुण तक दिल्ली पुलिस दे वलों कोई भी जवाब नहीं आया। पर अजिहा नहीं है कि दिल्ली पुलिस की जाँच की रफ्तार सारे मामलों के विच हौली है। दिल्ली दंगिया दे विच ड्यूटी दे दौरान मारे गए हैड कॉन्सटेबल रतन लाल दे मामले दे विच दिल्ली पुलिस हुण तक घट्टो घट 24 लोगों नू गिरफ्तार कर चुकी है, जिस दे विचों 14 जमानत ते ने। मीडिया रिपोर्ट्स दे मुताबक पिछले साल रतन लाल केस दे विच 2 लोगों नू मणिपुर अते बेंगलुरु जाके गिरफ्तार किया गया। इंटेलीजेंस ब्यूरो दे विच काम करन वाले अंकित शर्मा हत्या मामले दे विच 11 मुलजम फिलहाल गिरफ्तार ने। इन्हां दे विचों एक मुलजम नूं दिल्ली पुलिस ने अक्तूबर 2022 दे विच तेलंगाना तो गिरफ्तार किया। मार्च 2023 दे विच अदालत ने मुलजमां दे उत्ते इल्जाम तय किए अते हुण गवाहां दे बयान सुने जा रहे ने। दिल्ली पुलिस स्पैशल सैल अते क्राइम ब्रांच का कहना है कि दिल्ली दंगिया दे पिछे एक डूंगी साजिश सी, जिस दी नींह 2019 दे विच होए CAA अते NRC दे प्रदर्शनां दे दौरान पई। FIR नंबर 59 इसे कथित साजिश दे बारे है। विद्यार्थी आगू अते साबका JNU विद्यार्थी उमर खालिद इसे मामले दे विच गिरफ्तार किए गए। सितंबर 2020 तो उन्हां दे ट्रायल शुरू नहीं हुए ते ना ही उन्हां नूं जमानत मिली। कोर्ट दे ऑर्डर दे मुताबक FIR नंबर 59/2020 दे विच हुण तक 18 लोकां दी गिरफ्तारी हो चुकी है, जिन्हां दे विचों फिलहाल 6 लोग जमानत ते रिहा ने। अपने घर दे विच अपने पुत्र दी तस्वीर नूं निहारदे होए उन्हां दे पिता सैयद काजिम रसूल इलियास दसदे ने कि 15-20 दिन पहला उन्हां दे अपने बेटे दे नाल गलबात होई सी। आप सोचिए कि बगैर ट्रायल के 3.5 साल उम्र के हो गए हैं और उनके साथियों के 4 साल हो गए हैं, 4 साल से केस शुरू ही नहीं हुआ है अदालत में, तो ये तो हरासमेंट है। आप लोगों को जो आपके खिलाफ़ खड़े हों, पुलिस के खिलाफ खड़े हों या हुकूमत के खिलाफ खड़े हों, तो उनको ये इस तरह सज़ा दी जाएगी कि अगर आप हिम्मत ही ना करें दोबारा। लोअर कोर्ट में 1.5 साल तक के सिर्फ बेल पर बहस हुई है, 1.5 साल तक के आर्गूमेंट किए, उसके बाद आपके एक जुमले का जवाब था कि मैं ही प्राइम ऑफिसर कैसे थे बेल नहीं सकते। हाई कोर्ट में मूव किया, 6 महीने बहस के बाद 4 महीने के लिए रिजर्व हो गया फैसला
और 9 महीने के बाद जब फैसला आया तो वही सेम जवाब, उस बार हम सुप्रीम कोर्ट में गए, 14 बार लिस्ट हुआ बेंच सामने, नहीं हर बार एडजमेंट हो रहा है। मैं समझता हूँ कि ये पूरा केस फैब्रिकेटेड कंकॉक्टेड है, और जब भी इसकी ट्रायल होगा तो यानी पुलिस कैसे जस्टिफाई करेगी इस पूरी चार्जशीट को, अंदाजा नहीं। बीबीसी नू दिल्ली पुलिस दे सूत्रा तो मिली जानकारी दे मुताबक दिल्ली पुलिस ने दंगिया दे नाल जुड़ियां कुल 758 FIR दर्ज कीतियां ने। हुण तक कुल 2619 लोकां दी गिरफ्तारी होई सी, जिन्हां दे विचों 2094 लोग जमानत ते बाहर ने। अदालत ने हुण तक सिर्फ 47 लोकां नू दोषी ठहराया है अते 183 लोकां नू बरी कर दित्ता है। उथे 75 लोकां दे खिलाफ पूरे सबूत ना मिलन कारण उन्हां दा मामला कोर्ट ने रद्द कर दित्ता है। न्यूज़ वैबसाइट द प्रिंट दे विच छपी एक रिपोर्ट दे मुताबक दिल्ली दंगिया दे विच मारे गए 53 लोकां दे विचों 14 केस दे विच हुण तक तहकीकात जारी है। बीबीसी इस खबर दी स्वतंत्र रूप दे नाल पुष्टि नहीं कर सकिया। इन्हां 4 सालां दे विच कई वार अदालत दे विच सुनवाई दे दौरान अजिहे मौके आए जदों कोर्ट ने दिल्ली पुलिस दे उत्ते सख्त टिप्पणी भी कीती अते उन्हां दे जांच दे पद्धर नूं खराब दस्सिया। अगस्त 2023 ਦੇ ਵਿੱਚ 3 ਲੋਕਾਂ ਦੀ ਦੰਗਾ ਫੈਲਾਉਣ ਦੇ ਮਾਮਲੇ ਦੇ ਵਿੱਚ ਹੋਈ ਗ੍ਰਿਫਤਾਰੀ ਦੇ ਉੱਤੇ ਸੁਣਵਾਈ ਕਰਦਿਆਂ ਕਰਕੜੂਮਾ ਕੋਰਟ ਦੇ ਵਿੱਚ ਜੱਜ ਨੇ ਕਿਹਾ ਸੀ ਇਹਨਾਂ ਘਟਨਾਵਾਂ ਦੀ ਠੀਕ ਤਰ੍ਹਾਂ ਤੇ ਪੂਰੀ ਤਰ੍ਹਾਂ ਜਾਂਚ ਨਹੀਂ ਕੀਤੀ ਗਈ। ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਚਾਰਜਸ਼ੀਟ ਪਹਿਲਾਂ ਤੋਂ ਹੀ ਨਿਰਧਾਰਿਤ ਧਾਰਨਾ ਦੇ ਨਾਲ ਅਤੇ ਗਲਤ ਤਰੀਕੇ ਦੇ ਨਾਲ ਦਾਇਰ ਕੀਤੀ ਗਈ ਹੈ ਤਾਂ ਕਿ ਸ਼ੁਰੂਆਤ ਦੇ ਵਿੱਚ ਹੀ ਕਈ ਗਲਤੀਆਂ ਨੂੰ ਲੁਕਾਇਆ ਜਾ ਸਕੇ। ਇਹਨਾਂ ਲੋਕਾਂ ਦੇ ਉੱਤੇ ਪੱਥਰ ਸੁੱਟਣ, ਗੱਡੀਆਂ 'ਚ ਅੱਗ ਲਾਉਣ, ਸਰਕਾਰੀ ਅਤੇ ਨਿੱਜੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਸੀ। ਇਸ ਤੋਂ ਪਹਿਲਾਂ 2022 ਦੇ ਵਿੱਚ 4 ਸਾਬਕਾ ਜੱਜਾਂ ਅਤੇ ਭਾਰਤ ਦੇ ਇੱਕ ਸਾਬਕਾ ਗ੍ਰਹਿ ਸਕੱਤਰ ਨੇ ਦਿੱਲੀ ਦੰਗਿਆਂ ਦੇ ਉੱਤੇ ਇੱਕ ਫੈਕਟ ਫਾਈਂਡਿੰਗ ਰਿਪੋਰਟ ਜਾਰੀ ਕੀਤੀ ਸੀ। ਰਿਪੋਰਟ ਨੇ ਦਿੱਲੀ ਪੁਲਿਸ ਦੀ ਜਾਂਚ ਦੇ ਉੱਤੇ ਗੰਭੀਰ ਸਵਾਲ ਚੁੱਕੇ ਸੀ। ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ, ਦਿੱਲੀ ਸਰਕਾਰ ਅਤੇ ਮੀਡੀਆ ਦੀ ਭੂਮਿਕਾ ਦੇ ਉੱਤੇ ਵੀ ਸਖ਼ਤ ਟਿੱਪਣੀਆਂ ਕੀਤੀਆਂ ਸੀ। ਅਸੀਂ ਪਟਨਾ ਹਾਈਕੋਰਟ ਦੀ ਸਾਬਕਾ ਜੱਜ ਅੰਜਨਾ ਪ੍ਰਕਾਸ਼ ਦੇ ਨਾਲ ਗੱਲਬਾਤ ਕੀਤੀ ਜੋ ਕਿ ਇਸ ਰਿਪੋਰਟ ਨੂੰ ਲਿਖਣ ਵਾਲੇ ਲੋਕਾਂ ਦੇ ਵਿੱਚੋਂ ਇੱਕ ਸੀ। ਨਹੀਂ ਨਹੀਂ ਬਹੁਤ ਸਾਰੇ ਤੋਂ ਵਿਟਨੈਸ ਕੇ ਸਟੇਟਮੈਂਟ ਪੇ ਔਨ ਦ ਫੇਸ ਆਫ ਇਟ ਜੋ ਹਮਨੇ ਬਤਾਇਆ ਨਾ ਕਿ ਡੀਲੇਡ ਸਟੇਟਮੈਂਟਸ ਅਬ ਨਾਉ ਦੇ ਆਰ ਟ੍ਰਾਇੰਗ ਟੂ ਮੈਚ ਕਿ ਅਗਰ ਕਨਫੈਸ਼ਨਲ ਸਟੇਟਮੈਂਟ ਆਫ ਦ ਕੋ ਅਕਿਊਜ਼ਡ ਹੈ ਬਿਫੋਰ ਦ ਪੁਲਿਸ ਤੋ ਉਸਕੋ ਮੈਚ ਕਰਾਨੇ ਕੇ ਲੀਏ ਗਵਾਹ ਕੋ ਲੈ ਆਤੇ ਹੈ ਐਕਸ ਵਾਈ ਜ਼ੈਡ ਦੇ ਆਰ ਬਿਲਡਿੰਗ ਅਪ ਅ ਮੇਜ਼ ਜੈਸੇ ਇੱਕ ਹੈ ਨਾ ਸੋਚੇ ਕਿ ਇੱਕ ਮਕੜੀ ਕਾ ਜਾਲ ਬਣਾ ਰਹੇ ਉਸਕੋ ਐਸਾ ਮਕੜੀ ਕਾ ਜਾਲ ਬਣਾ ਕਰਕੇ ਉਸਕੋ ਫਿਰ ਪ੍ਰਿਜ਼ਰਵ ਕਰਨਾ ਬਹੁਤ ਮੁਸ਼ਕਿਲ ਹੈ ਇੱਕ ਲਿੰਕ ਅਗਰ ਟੂਟੇਗਾ ਨਾ ਤੋ ਪੂਰਾ ਕਾ ਪੂਰਾ ਮਕੜੀ ਕਾ ਜਾਲ ਜੋ ਹੈ ਵੋ ਟੂਟ ਜਾਏਗਾ ਖਤਮ ਹੋ ਜਾਏਗਾ ਐਂਡ ਦੈਟ ਇਜ਼ ਵਾਈ ਵੀਵ ਸੈਡ ਯੂ ਨੋ ਦੈਟ ਦ ਇਨਵੈਸਟੀਗੇਟਿੰਗ ਇਨਵੈਸਟੀਗੇਸ਼ਨ ਵਾਜ਼ ਬਾਇਸਡ ਐਂਡ ਦ ਫੈਕਟ ਦੈਟ ਯੂ ਨੋ ਯੂ ਹੈਵ ਲੈਫਟ ਆਊਟ ਦ ਫਸਟ ਵੈਰੀ ਇੰਪੋਰਟੈਂਟ ਫੈਕਟ ਹਾਊ ਇਟ ਓਰੀਜਿਨੇਟਿਡ ਵਟ ਵਰ ਦ ਹੇਟ ਸਪੀਚਿਸ ਵਟ ਵਰ ਦ ਹੂ ਵਾਜ਼ ਯੂ ਨੋ ਇਨਸਾਈਟਿੰਗ। ਇਸ ਫੈਕਟ ਫਾਈਂਡਿੰਗ ਰਿਪੋਰਟ ਦੇ ਵਿੱਚ ਬੀਜੇਪੀ ਨੇਤਾਵਾਂ ਜਿਵੇਂ ਕਿ ਕਪਿਲ ਮਿਸ਼ਰਾ ਦੇ ਦਿੱਤੇ ਹੋਏ ਭਾਸ਼ਣ ਦੇ ਲਈ ਕਿਹਾ ਸੀ ਕਿ ਉਹਨਾਂ ਨੇ ਵੀ ਲੋਕਾਂ ਨੂੰ ਉਕਸਾਇਆ ਸੀ ਜਿਸ ਦੇ ਨਾਲ ਹਿੰਸਾ ਭੜਕੀ। ਇਹ ਵੀਡੀਓ 23 ਫਰਵਰੀ ਦੀ ਸ਼ਾਮ 4 ਵਜੇ ਦੀ ਹੈ ਜਦੋਂ ਕਪਿਲ ਮਿਸ਼ਰਾ ਨੇ ਮੌਜਪੁਰ ਚੌਂਕ ਦੇ ਉੱਤੇ ਇੱਕ ਵੱਡੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਡੀਸੀਪੀ ਸਾਹਿਬ ਹਮਾਰੇ ਸਾਹਮਣੇ ਖੜੇ ਹੈ ਮੈਂ ਆਪ ਸਭ ਕੇ ਬਿਹਾਫ ਪੇ ਇਹ ਬਾਤ ਕਹਿ ਰਹਾ ਹੂੰ ਟਰੰਪ ਕੇ ਜਾਨੇ ਤੱਕ ਤੋ ਹਮ ਸ਼ਾਂਤੀ ਸੇ ਜਾ ਰਹੇ ਹੈ ਲੇਕਿਨ ਉਸਕੇ ਬਾਅਦ ਹਮ ਆਪਕੀ ਵੀ ਨਹੀਂ ਸੁਣੇਂਗੇ ਅਗਰ ਰਾਸਤੇ ਖਾਲੀ ਨਹੀਂ ਹੋਏ ਤੋ ਠੀਕ ਹੈ ਉਸਕੇ ਬਾਅਦ ਹਮੇ ਰੋਡ ਤੇ ਆਣਾ ਪੜੇਗਾ ਠੀਕ ਹੈ। ਇਸ ਵੀਡੀਓ ਦੇ ਵਿੱਚ ਉਹਨਾਂ ਦੇ ਨਾਲ ਦਿੱਲੀ ਪੁਲਿਸ ਨਾਰਥ ਈਸਟ ਡਿਸਟ੍ਰਿਕਟ ਦੇ ਤਤਕਾਲੀ DSP ਵੀ ਖੜੇ ਸੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਵੀ FIR ਦਰਜ ਨਹੀਂ ਹੋਈ ਹੈ। ਦਿੱਲੀ ਪੁਲਿਸ ਦੇ ਉੱਤੇ ਲੱਗ ਰਹੇ ਤਮਾਮ ਇਲਜ਼ਾਮਾਂ ਅਤੇ ਕੇਸ ਸਟੇਟਸ ਨੂੰ ਲੈ ਕੇ ਬੀਬੀਸੀ ਨੇ ਦਿੱਲੀ ਪੁਲਿਸ ਦੇ ਨਾਲ ਗੱਲਬਾਤ ਕਰਨ ਦੀ ਕਈ ਵਾਰ ਕੋਸ਼ਿਸ਼ਾਂ ਕੀਤੀਆਂ। ਦਿੱਲੀ ਪੁਲਿਸ ਦੇ ਐਡੀਸ਼ਨਲ PRO ਰੰਜੇ ਅਤਰਿਸ਼ਿਆ ਨੇ ਸਾਡੇ ਨਾਲ ਕੈਮਰੇ ਦੇ ਉੱਤੇ ਗੱਲਬਾਤ ਤਾਂ ਨਹੀਂ ਕੀਤੀ ਪਰ ਆਫ ਕੈਮਰਾ ਦੱਸਿਆ ਕਿ ਹੁਣ ਤੱਕ ਦੀ ਜਾਂਚ ਕਾਨੂੰਨ ਦੇ ਤਹਿਤ ਕੀਤੀ ਗਈ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਸੀਂ ਕਈ ਮਾਮਲਿਆਂ ਦੇ ਵਿੱਚ ਆਪਣੀ ਅੰਤਿਮ ਰਿਪੋਰਟ ਦਾਖਲ ਕਰ ਦਿੱਤੀ ਹੈ।
ਕਿਉਂਕਿ ਮਾਮਲੇ ਦੀ ਸੁਣਵਾਈ ਹਾਲੇ ਜਾਰੀ ਹੈ, ਇਸ ਲਈ ਅਦਾਲਤਾਂ ਦੇ ਦਾਇਰੇ ਦੇ ਵਿੱਚ ਆਉਂਦਾ ਹੈ। ਜਿਹੜੇ ਮਾਮਲਿਆਂ ਦੇ ਵਿੱਚ ਜਾਂਚ ਜਾ ਰਹੀ ਹੈ ਉਹਨਾਂ ਦੇ ਵਿੱਚ ਅਸੀਂ ਫਾਈਨਲ ਰਿਪੋਰਟ ਪਾਵਾਂਗੇ। ਦੋਸ਼ੀਆਂ 'ਤੇ ਪੀਨਲ ਐਕਸ਼ਨ ਲਿਆ ਜਾਏਗਾ ਭਾਵੇਂ ਉਹ ਕੋਈ ਵੀ ਹੋਵੇ। ਇਨ ਦੰਗੋਂ ਮੇਂ ਕਈਓਂ ਕੀ ਜ਼ਿੰਦਗੀਆਂ ਉਜੜ ਗਈ, ਸਾਲ ਦਰ ਸਾਲ ਬੀਤ ਰਹੇ ਹੈ, ਲੇਕਿਨ ਪੀੜਿਤੋਂ ਕੀ ਨਿਆਂ ਕੀ ਲੜਾਈ ਖਤਮ ਨਹੀਂ ਹੋ ਰਹੀ। ਇਹ ਦੰਗੇ ਕੈਸੇ ਭੜਕੇ, ਇਹਨੇ ਭੜਕਾਇਆ ਕਿਸਨੇ? ਦੰਗੇ ਔਰ ਉਨਕੀ ਤਹਿਕੀਕਾਤ ਕੇ ਦੌਰਾਨ ਦਿੱਲੀ ਪੁਲਿਸ ਕੀ ਭੂਮਿਕਾ ਪਰ ਜੋ ਸਵਾਲ ਉਠੇ, ਉਸ ਪਰ ਦਿੱਲੀ ਪੁਲਿਸ ਨੇ ਕਿਆ ਕੀਆ? ਐਸੇ ਕਈ ਸਾਰੇ ਸਵਾਲ ਹੈ ਜਿਨਕੇ ਜਵਾਬ ਅਬ ਤੱਕ ਸਾਹਮਣੇ ਨਹੀਂ ਆਏ ਹੈ। ਵੀਡੀਓ ਜਰਨਲਿਸਟ ਦੇਵਲਿੰਦ ਰੋਏ ਕੇ ਸਾਥ ਉਮੰਗ ਪੋਦਾਰ, BBC ਨਿਊਜ਼, ਦਿੱਲੀ।